ਭਾਜੀ ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਾਂ 13 ਮਹੀਨੇ ਉਸ ਸਿਨੇਮਾ ਕਰ ਵਿੱਚ ਰਿਲੀਜ਼ ਹੋਈ ਹੈ ਤੁਸੀਂ ਇਹ ਜਾਂ ਲੀਡ ਰੋਲ ਤੇ ਹੋ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਔਰ ਬੜੀ ਖੁਸ਼ੀ ਦੀ ਗੱਲ ਹੈ ਜੀ ਕਿ 400 ਦਿਨਾਂ ਬਾਅਦ ਥੀਏਟਰਾਂ ਦੇ ਵਿੱਚ ਰੌਣਕਾਂ ਦੇਖੀ ਤੇ ਸਾਧੂ ਹਲਵਾਈ ਦਾ ਰੋਲ ਕੀਤਾ ਸੀ ਤੁਸੀਂ ਮੰਜੇ ਬਿਸਤਰੇ ਵੀ ਫਿਲਮ ਵਿੱਚ ਉਸ ਤੋਂ ਬਾਅਦ ਦੁਬਾਰਾ ਹੁਣ ਬਾਪੂ ਬਣੇ ਹੋ ਤਾਂ ਕਿਸ ਤਰ੍ਹਾਂ ਦਾ ਲੱਗ ਰਿਹਾ ਇਸ ਤਰ੍ਹਾਂ ਰੋਲ ਬਹੁਤ ਚੰਗਾ ਲੱਗਿਆ ਜੀ ਬਾਪੂ ਕਿ ਮੈਂ ਤਾਂ ਬਾਪੂ ਦਾ ਹੀ ਬਾਪੂ ਬਣਿਆ ਪਹਿਲਾਂ ਮੰਜੇ ਬਿਸਤਰੇ 'ਚ ਸੋ ਬੜਾ ਚੰਗਾ ਲੱਗਿਆ ਜੀ ਇੱਕ ਫਿਲਮ ਦੇ ਵਿਸ਼ੇ ਦੀ ਕਰੀਏ ਤਾਂ ਇੱਕ ਸਮਾਜਿਕ ਸਮੱਸਿਆ ਇੱਕ ਜ਼ਿੰਮੇਵਾਰੀ ਬਣ ਗਿਆ ਹਰ ਇਨਸਾਨ ਦੇ ਸਮਾਜ ਪ੍ਰਤੀ ਤਾਂ ਪੇਰੈਂਟਸ ਅਤੇ ਆਪਣੇ ਬੱਚਿਆਂ ਪ੍ਰਤੀ ਬਹੁਤ ਜ਼ਿਆਦਾ ਬਣ ਜਾਂਦੀ ਹੈ ਜਿਹੜੀ ਫਿਲਮ ਦੀ ਸਟੋਰੀ ਸੀ ਉਸ 'ਤੇ ਕਿਸ ਤਰ੍ਹਾਂ ਵਰਕ ਕੀਤਾ ਜਦੋਂ ਸਟੋਰੀ ਆਈ ਆ ਤਾਂ ਕਿਸ ਤਰ੍ਹਾਂ ਉਸਨੂੰ ਡਿਸਾਈਡ ਇਹ ਅਮਨ ਸਿੱਧੂ ਨੇ ਬਹੁਤ ਸੋਹਣੀ ਲਿਖੀ ਹੈ ਜੀ ਔਰ ਅਵਤਾਰ ਜੀ ਨੇ ਬਹੁਤ ਸੋਹਣਾ ਇਹਨੂੰ ਡਾਇਰੈਕਟ ਕੀਤਾ ਅਤੇ ਮੈਨੂੰ ਬਹੁਤ ਪਸੰਦ ਸੀਗਾ ਇਹ ਸਬਜੈਕਟ ਤਾਂ ਮੈਨੂੰ ਤਾਂ ਵੈਸੇ ਹੀ ਸੁਣਾ ਰਹੇ ਸੀ ਪਹਿਲਾਂ ਇਹ ਕਿ ਇਹ ਬਹੁਤ ਤੁਸੀਂ ਸੁਣ ਕੇ ਜਾਓ ਅਸੀਂ ਆਹ ਅਮੈਂਡਮੈਂਟ ਕੀਤੀ ਇਹਦੇ 'ਚ ਆਹ ਕੀਤੀ ਹੈ ਐਂਡ 'ਤੇ ਕਹਿੰਦੇ ਤੁਸੀਂ ਇਹ ਕਰਨੀ ਹੈ ਅਤੇ ਮੈਨੂੰ ਸਰਪ੍ਰਾਈਜ਼ ਹੀ ਦਿੱਤਾ ਸਮਝ ਲਓ ਇਹਨਾਂ ਨੇ ਤੁਸੀਂ ਤਾਂ ਇੱਕ ਬ੍ਰੇਕ ਤੋੜੀ ਹੈ ਤੁਸੀਂ ਸਿਨੇਮੇ ਦੇ ਵਿੱਚ ਫਿਲਮ ਰਿਲੀਜ਼ ਕਰਕੇ ਕਿ ਬਹੁਤ ਇੱਕ ਰਿਸਕ ਵੀ ਕਹਿ ਸਕਦੇ ਹਾਂ ਬਹੁਤ ਵੱਡਾ ਬਿਜ਼ਨਸ ਹੁੰਦਾ ਹੈ ਬਿਲਕੁਲ ਤਾਂ ਹੁਣ ਆਉਣ ਵਾਲੇ ਸਮੇਂ ਵਿੱਚ ਕਿਸ ਤਰ੍ਹਾਂ ਲੱਗ ਰਿਹਾ ਵੀ ਕਿਸ ਤਰ੍ਹਾਂ ਦਾ ਟ੍ਰੈਂਡ ਆ ਸਕਦਾ ਦੇਖੋ ਜੀ ਸਾਨੂੰ ਉਮੀਦ ਹੈ ਕਿ ਇਹ ਪਹਿਲਕਦਮੀ ਜਿਹੜੀ ਅਸੀਂ ਕੀਤੀ ਹੈ ਆਉਣ ਵਾਲੇ ਜਿਹੜੇ ਸਾਡੇ ਪ੍ਰੋਡਿਊਸਰ ਸਾਹਿਬਾਨ ਨੇ ਉਹ ਵੀ ਆਪਣੀਆਂ ਮੂਵੀਜ਼ ਲੈ ਕੇ ਆਉਣਗੇ ਚੱਲ ਹੋਰ ਤੁਸੀਂ ਕਿਹੜੀ ਮੂਵੀ ਲੈ ਕੇ ਆ ਰਹੇ ਆਉਣ ਵਾਲੇ ਸਮੇਂ 'ਚ ਕਿਹੜੇ ਕਿਹੜੀਆਂ ਮੇਰੀਆਂ 10-15 ਮੂਵੀਜ਼ ਨੇ ਜੀ ਆਉਣ ਵਾਲੀਆਂ ਨੇ ਹੁਣ ਪਾਣੀ 'ਚ ਵਧਾਣੀਆਂ ਉਹ ਵੀ ਮੇਰੇ ਖਿਆਲ ਮਈ ਦੇ ਵਿੱਚ ਨਹੀਂ ਬਹੁਤ ਵਧੀਆ ਫੀਲ ਹੋ ਰਿਹਾ ਜੀ ਇੱਕ ਸਾਲ ਤੋਂ ਉੱਤੇ ਹੋ ਗਿਆ ਸੀ ਮੂਵੀਜ਼ ਰਿਲੀਜ਼ ਹੋਈਆਂ ਨੂੰ ਹਨਾ ਸੋ ਕਾਫੀ ਦੇਰ ਬਾਅਦ ਅਸੀਂ ਆਏ ਹਾਂ ਕਿ ਬਹੁਤ ਵਧੀਆ ਫੀਲ ਹੋ ਰਿਹਾ ਜੀ ਜਿਹੜਾ ਫਿਲਮ ਦਾ ਵਿਸ਼ਾ ਸੀ ਉਹ ਤਾਂ ਕਿਰਨ ਆ ਗਈਆਂ ਵਿੱਚ ਤੁਹਾਨੂੰ ਲੰਮੇ ਸਮੇਂ ਬਾਅਦ ਸਕਰੀਨ ਤੇ ਆਉਂਦੇ ਹੋ ਚਲੇ ਜੀ ਜਿਸ ਤਰ੍ਹਾਂ I'm very happy. I'm feeling very blessed because I'm very lucky that I'm a part of this awesome picture. So film bahut soni hai, concept bahut sona sona concept aur bahut sona pati hai jinne bahut sona act kiya hai, bahut soni film. Thank you. ਵਿਦਾਈ ਹੋ ਗਈ ਆ ਕਿ ਰਹਿੰਦੀ ਆ ਨਹੀਂ ਵਿਦਾਈ ਹਾਂ ਦੇਖੋ ਕੀ ਕਰਦੇ ਇਹਨਾਂ ਨੂੰ ਪਤਾ ਹੁਣ ਕੀ ਕਰਨਾ ਇਹਨਾਂ ਨੇ ਸਾਡੀ ਸਮਝੌਤਾ ਹੋ ਗਈ ਅਸੀਂ ਜਾ ਰਹੇ ਹਾਂ ਹੁਣ ਯਾਰ ਰੋਕੇ ਨਾ ਮੈਂ ਚੱਲਨੀ ਆਪਣੇ ਸਾਰੇ ਚੰਦ ਤਾਰੇ ਮਿਲਣ ਦੀ ਉਮੀਦ ਹੈ ਜਾਂ ਨਹੀਂ ਚੰਦ ਤਾਰੇ ਹੁਣ ਇਹਨਾਂ ਨੇ ਦਿਖਾਇਆ ਤਾਂ ਸ਼ਾਇਦ ਦੇ ਦੇਣ ਸਕੂਟਰ ਤਾਂ ਲੈ ਕੇ ਆ ਗਈ ਸੀ ਸਕੂਟਰ ਤਾਂ ਮਿਲ ਗਿਆ ਦੇਖੋ ਸਿਨੇਮਾ ਘਰ ਦਾ ਤਾਲਾ ਜਿਹੜਾ ਨਾ ਅਸੀਂ 13 ਮਹੀਨੇ ਬਾਅਦ ਆਪਣੀ ਫਿਲਮ ਦੇ ਨਾਲ ਚਾਬੀ ਆ ਸਾਡੀ ਫਿਲਮ ਉਹਨੂੰ ਖੋਲ ਦਿੱਤਾ ਆ ਇਹ ਤੁਹਾਡੇ ਤੇ ਹੁਣ ਹੈਗੇ ਤੁਹਾਨੂੰ ਕਿੰਨਾ ਪੁਸ਼ ਕਰਕੇ ਤੁਸੀਂ ਸਿਨੇਮਾ ਘਰ ਦੇ ਵਿੱਚ ਆ ਰਹੇ ਹੋ ਮੈਂ ਇੱਕ ਆਮ ਆਡੀਅੰਸ ਦੇ ਥਰੂ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਮੈਂ ਇੱਕ ਆਮ ਆਦਮੀ ਹਾਂ ਬਟ ਮੈਂ ਮੂਵੀ ਜਦੋਂ ਦੇਖੂੰਗੀ ਨਾ ਮੈਨੂੰ ਬਹੁਤ ਪੋਜ਼ਿਟਿਵ ਮਹਿਸੂਸ ਹੋਏਗਾ ਬਹੁਤ ਚੰਗੀਆਂ ਚੰਗੀਆਂ ਚੀਜ਼ਾਂ ਤੁਹਾਡੀਆਂ ਗੱਲਾਂ ਜਿਹੜੇ ਸਪੈਸ਼ਲੀ ਡਾਇਲੋਗਸ ਲਿਖੇ ਗਏ ਨੇ ਉਹ ਤੁਹਾਡੇ ਲਈ ਨੇ ਕਿਉਂਕਿ ਇੰਨੇ ਸਮੇਂ ਦੇ ਵਿੱਚ ਆਪਾਂ ਡਿਪਰੈਸ਼ਨ 'ਚ ਬੈਠ ਚੁੱਕੇ ਹਾਂ ਹਨਾ ਤਾਂ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਆ ਕੁੜੀਆਂ ਲਈ ਬਹੁਤ ਵਧੀਆ ਮੂਵੀ ਆ ਬਹੁਤ ਪੋਜ਼ਿਟਿਵ ਆ ਅਤੇ ਬਹੁਤ ਕੁਝ ਚੀਜ਼ਾਂ ਹੈਗੀਆਂ ਜਿਹੜੀਆਂ ਮੈਂ ਹਜੇ ਰਿਵੀਲ ਨਹੀਂ ਕਰ ਸਕਦੀ ਤੁਹਾਨੂੰ ਮੂਵੀ ਦੇਖਣੀ ਪੈਣੀ ਕੁੜੀਆਂ ਜਵਾਨ ਬਾਪੂ ਪਰੇਸ਼ਾਨ ਤਾਂ ਕਹਿ ਸਕਦੇ ਕਿ ਜਿਹੜੀ ਸਮਾਜਿਕ ਜ਼ਿੰਮੇਵਾਰੀ ਬਣਦੀ ਆ ਪੇਰੈਂਟਸ ਦੀ ਬੱਚਿਆਂ ਪ੍ਰਤੀ ਬੱਚਿਆਂ ਦੀ ਪੇਰੈਂਟਸ ਪ੍ਰਤੀ ਤਾਂ ਤੁਹਾਡੀ ਮਾਤਾ ਜੀ ਵੀ ਨਾਲ ਬੈਠੇ ਨੇ ਉਹ ਕਹਿ ਰਹੇ ਸੀ ਕਿ ਮੇਰਾ ਸੁਪਨਾ ਪੂਰਾ ਹੋਇਆ ਹੈ ਬੇਟੀ ਸਕਰੀਨ ਉੱਪਰ ਹੈ ਤਾਂ ਕਿਸ ਤਰ੍ਹਾਂ ਲੱਗ ਰਿਹਾ ਦੇਖੋ ਸਕਰੀਨ 'ਤੇ ਅਸੀਂ ਦੇਖ ਰਹੇ ਹਾਂ ਪਿੱਛੇ ਮਿਹਨਤ ਨਹੀਂ ਤੁਹਾਨੂੰ ਦਿਖਾ ਸਕਦੇ ਔਨ ਸਕਰੀਨ ਨਾ ਸਾਰੀ ਮਿਹਨਤ ਇਹਨਾਂ ਦੀ ਮੇਰੀ ਫੈਮਿਲੀ ਦੀ ਮੇਰੀ ਟੀਮ ਦੀ ਜਿਨ੍ਹਾਂ ਨੇ ਮੈਨੂੰ ਪਰਫੈਕਟ ਬਣਾਇਆ ਇਸ ਰੋਲ ਵਾਸਤੇ ਹੈ ਨਾ ਮੈਂ ਸ਼ੁਕਰਗੁਜ਼ਾਰ ਹਾਂ ਉਸ ਮਾਲਕ ਦੀ ਕਿਉਂਕਿ ਮਾਲਕ ਦੀ ਰਹਿਮਤ ਦੇ ਨਾਲ ਕੋਈ ਵੀ ਬੰਦਾ ਕੁਛ ਨਹੀਂ ਕਰ ਸਕਦਾ ਇੱਥੋਂ ਤੱਕ ਕਿ ਆਹ ਮੂਵੀ ਨਹੀਂ ਮੂਵੀ ਮੇਰੇ ਲਈ ਮੈਨੂੰ ਲੱਗਦਾ ਨਹੀਂ ਸੀ ਮੇਰੇ ਲਈ ਬਣੀ ਅਤੇ ਮੈਨੂੰ ਜਿੱਦਾਂ ਕਰੈਕਟਰ ਮਿਲ ਗਿਆ ਮੈਂ ਬਹੁਤ ਮਾਣ ਮਹਿਸੂਸ ਕਰ ਰਹੀ ਹਾਂ ਕਰਮਜੀਤ ਮੋੜ ਭਾਅ ਜੀ ਉਹਨਾਂ ਨਾਲ ਵਰਕ ਕਰਕੇ ਕਿਸ ਤਰ੍ਹਾਂ ਦਾ ਲੱਗਾ ਮੈਨੂੰ ਬਹੁਤ ਵਧੀਆ ਲੱਗਿਆ ਲਾਈਕ ਮੈਂ ਇੰਨਾ ਪੋਜ਼ਿਟਿਵ ਫੀਲ ਕੀਤਾ ਇਹ ਮੈਂ ਇੰਨੇ ਵੱਡੇ ਕਲਾਕਾਰ ਦੇ ਨਾਲ ਕੰਮ ਕਰਨਾ ਇਟਸ ਲਾਈਕ ਮੇਰਾ ਡ੍ਰੀਮ ਪੂਰਾ ਹੋ ਗਿਆ ਹੈ ਨਾ ਕਿ ਮੈਂ ਬਸ ਇੱਕ ਵਾਰੀ ਔਨ ਸਕਰੀਨ ਆਉਣਾ ਚਾਹੁੰਦੀ ਮੈਂ ਦਿਖਾਉਣਾ ਚਾਹੁੰਦੀ ਕਿ ਮੈਂ ਮੇਰੇ 'ਚ ਕਲਾ ਹੈਗੀ ਕਿ ਮੈਂ ਹਰ ਇੱਕ ਚੀਜ਼ ਨੂੰ ਐਕਸਪ੍ਰੈਸ ਕਰ ਸਕਦੀ ਵਧੀਆ ਢੰਗ ਦੇ ਨਾਲ ਜੋ ਕਿ ਮੈਨੂੰ ਮੌਕਾ ਮਿਲ ਚੁੱਕਿਆ ਤਾਂ ਆਈ ਐਮ 120% ਸ਼ੋਰ ਕਿ ਵਾਹਿਗੁਰੂ ਜੀ ਦੀ ਮਿਹਰ ਦੇ ਨਾਲ ਮੈਨੂੰ ਅੱਗੇ ਜਦੋਂ ਵੀ ਮੌਕਾ ਮਿਲੂਗਾ ਮੈਂ ਇਸ ਤੋਂ ਵੀ ਵੱਧ ਮਿਹਨਤ ਕਰਕੇ ਤੁਹਾਨੂੰ ਔਨ ਸਕਰੀਨ ਵਧੀਆ ਮੈਸੇਜ ਦੇਣ ਦੀ ਕੋਸ਼ਿਸ਼ ਕਰਾਂਗੀ ਰੀਅਲ ਲਾਈਫ 'ਚ ਬਾਕਸਿੰਗ ਕਰ ਲਈ ਦੀ ਹੈ ਜਾਂ ਇੱਕ ਕਰੈਕਟਰ ਦੇ ਤੌਰ 'ਤੇ ਨਹੀਂ ਇਹ ਕਰੈਕਟਰ ਦੇ ਤੌਰ 'ਤੇ ਸੀ ਮੈਂ ਇਹਦੇ ਲਈ ਪ੍ਰਪੇਅਰ ਹੋਈ ਆਪਣੇ ਘਰ ਜਿੱਦਾਂ ਬਾਕਸਿੰਗ ਦੇ ਸ਼ਾਰਟਸ ਤੁਸੀਂ ਦੇਖੇ ਹੋਣੇ ਵਿੱਚ ਸੋ ਇਹਦੇ ਲਈ ਮੈਂ ਟ੍ਰੇਨਿੰਗ ਲਿੱਤੀ ਸੀ ਯਾ ਥੈਂਕ ਯੂ ਸੋ ਮਚ ਬੇਟੀ ਨਾਲ ਸਕਰੀਨ 'ਤੇ ਫਿਰ ਵੇਖ ਰਹੀ ਸੀ ਸਾਰੇ ਦਰਸ਼ਕਾਂ ਨੇ ਵੇਖਿਆ ਤਾਂ ਕਿਸ ਤਰ੍ਹਾਂ ਲੱਗ ਰਿਹਾ ਕਿ ਇੰਨੀ ਦੇਰ ਤੱਕ ਮਤਲਬ ਜੋ ਚੀਜ਼ ਆਪਾਂ ਸੋਚੀ ਹੁੰਦੀ ਆ ਉਹ ਸੁਪਨਾ ਪੂਰਾ ਜੇ ਤਾਂ ਫਿਰ ਤਾਂ ਤੁਸੀਂ ਮਹਿਸੂਸ ਕਰ ਹੀ ਸਕਦੇ ਜੀ ਮਤਲਬ ਮੇਰੇ ਲਈ ਅੱਜ ਜਿਹੜਾ ਨਾ ਬਹੁਤ ਵੱਡਾ